ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਆਈ ਹੋਪ ਤੁਸੀਂ ਠੀਕ ਠਾਕ ਹੋਗੇ। ਅੱਜ ਆਪਾਂ ਜਿਹੜੀ ਰਿਐਕਸ਼ਨ ਵੀਡੀਓ ਲੈ ਕੇ ਆਏ ਉਹ ਵਾਜਰ ਪਾਤਰ ਬਾਈ ਦਾ ਨਿਊ ਸੌਂਗ ਆਇਆ ਵਾ ਊੜਾ ਐੜਾ, ਅਤੇ ਬੜੀ ਵਧੀਆ ਚੀਜ਼ ਮੈਨੂੰ ਲੱਗੀ ਕਿ ਇੱਕ ਮਤਲਬ ਪੰਜਾਬੀ ਮਤਲਬ ਗੁਰਮੁਖੀ ਨੂੰ ਅੱਗੇ ਪ੍ਰਮੋਟ ਕੀਤਾ ਜਾ ਰਿਹਾ, ਪੰਜਾਬੀ ਅੱਖਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਗਾਣਿਆਂ ਦੇ ਥਰੂ। ਬਹੁਤ ਵਧੀਆ ਗੱਲ ਹੈ। ਤਰਸੇਮ ਜੱਸੜ ਬਾਈ ਨੇ ਜਿੱਦਾਂ ਊੜਾ ਐੜਾ ਮੂਵੀ ਕੱਢੀ ਸੀ, ਉਹ ਤੋਂ ਬਾਅਦ ਗੁਰਮੁਖੀ ਦਾ ਬੇਟਾ ਆਪਣੇ ਸਤਿੰਦਰ ਸਰਤਾਜ ਬਾਈ ਨੇ ਗਾਇਆ, ਕਾਫੀ ਸਿੰਗਰਾਂ ਨੇ ਪੰਜਾਬੀ ਨੂੰ ਇੱਦਾਂ ਪ੍ਰਮੋਟ ਕੀਤਾ ਵਾ, ਅਤੇ ਵਾਜਰ ਪਾਤਰ ਬਾਈ ਨੇ ਕੁਛ ਵੱਖਰੇ ਤਰੀਕੇ ਨਾਲ ਮੈਨੂੰ ਲੱਗਦਾ ਕੀਤਾ ਹੋਊਗਾ। ਅਤੇ ਆਓ ਦੇਖਣਾ ਕਰਦੇ ਸੌਂਗ ਨੂੰ। 2 ਤੋਂ 3 ਦਿਨ ਹੋ ਗਿਆ ਅਤੇ ਮੇਰਾ ਉਦੋਂ ਦਾ ਹੀ ਜੀ ਕਰਦਾ ਸੀ ਰਿਐਕਸ਼ਨ ਕਰਾਂ, ਤਾਂ ਉਹ ਵਿੱਚ ਥੋੜ੍ਹਾ ਥੋੜ੍ਹਾ ਜਿੱਦਾਂ ਬਿਜ਼ੀ ਜਿਹਾ ਹੋ ਜਾਈਦਾ ਤਾਂ ਇਸ ਕਰਕੇ ਰਿਐਕਸ਼ਨ ਨਹੀਂ ਕਰ ਪਾਏ। ਅਤੇ ਆਓ ਆਪਾਂ ਬਾਕੀ ਗੱਲ ਆਪਾਂ ਬਾਅਦ 'ਚ ਕਰਦੇ, ਪਹਿਲੇ ਦੇਖਦੇ ਹਾਂ ਸੌਂਗ। ਗੁਰਜਨ ਇਹਦੇ ਇਹਦੇ ਲਿਰਿਕਸ ਹੁਕਮ ਬਾਈ ਨੇ ਲਿਖੇ ਆ, ਤੇ ਮਿਊਜ਼ਿਕ ਵਾਜਰ ਬਾਈ ਦਾ ਤੇ ਗਾਇਆ ਵੀ ਵਾਜਰ ਬਾਈ ਨੇ। ਓਹੋ, ਮਿਊਜ਼ਿਕ ਬਹੁਤ ਘੈਂਟ ਦਾ ਵਾਜਰ ਬਾਈ ਦਾ। ਯੋ ਵਾਜ ਓ ਚਲੋ ਮੇਰੀ ਫੋਨ ਮੈਂ ਊੜਾ ਊਂਠ ਐੜਾ ਅੰਗ ਊੜਾ ਉੱਠ ਦੇ ਬੈਂਦੇ ਰਜ਼ਾ ਚ ਰਹਿੰਦੇ ਐੜਾ ਅਸਾਂ ਦੇ ਵਰਗਾ ਹੈ ਨਹੀਂ ਕੋਈ ਹੀ ਇੱਥੇ ਨਾ ਕੋਈ ਸਾਡੇ ਵਰਗਾ ਸੱਸਾ ਸਾਡੇ ਵਰਗੀ ਸ਼ੈ ਨਹੀਂ ਕੋਈ ਹੈ ਨਹੀਂ ਕੋਈ ਹੈ ਨਹੀਂ ਕੋਈ ਹੈ ਨਹੀਂ ਕੋਈ। ਯਾਰ ਇੱਕ ਚੀਜ਼ ਵੇਖਣ ਵਾਲੀ ਆ, ਬਾਈ ਨੇ ਮਤਲਬ ਅੱਖਰਾਂ ਦੇ ਨਾਲ ਸ਼ਬਦਾਂ ਨੂੰ ਰਿਲੇਟ ਕੀਤਾ, ਜਿੱਦਾਂ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਹਾਂ ਊੜਾ ਊਠ ਊੜਾ ਸਵੇਰੇ ਉੱਠ, ਇੱਦਾਂ ਕਰਕੇ ਪੜ੍ਹਦੇ ਨੇ ਨਾ, ਮਗਰ ਬਾਈ ਨੇ ਕੁਝ ਵੱਖਰੇ ਤਰੀਕੇ ਨਾਲ ਤੇ ਇੱਕ ਵੱਖਰੀ ਜਿਹੀ ਚੀਜ਼ ਗਾਈ ਆ। ਇੱਕ ਸੁਣਨ 'ਚ ਵੀ ਮਜ਼ਾ ਆਵੇ ਤੇ ਇੱਕ ਪੰਜਾਬੀ ਦੇ ਅੱਖਰ ਵੀ ਹੋ ਜਾਣ, ਮਤਲਬ ਘੈਂਟ ਚੀਜ਼ ਗਾਈ। ਕਾਲੇ ਚਿੱਟੇ ਕਾਟਜ਼ ਪੈਰੀ ਖਾਨੇ ਤੇਰੇ ਗੱਲ ਬਿਠਾਰੀ ਗੋਰੇ ਕਾਲੇ ਫੈਨੀਆਂ ਮੇਰੇ ਕੱਗਾ ਘੋੜੇ ਭਰ ਚੱਲਣ ਅੰਗਾ ਖਾਲੀ ਪੱਟੂ ਰੂ ਗਰਨਾ ਰੱਖਣ ਚਾਰੇ ਪਾਸੇ ਗਾਲੀ ਆ ਫੈਲੀ ਛਿੱਤਰ ਤੇ ਰੱਖੇ ਵੱਡੇ ਵੈਲੀ ਯੋਰ ਪਰਖ ਕੇ ਵੇਖ ਲੈ ਸਾਡਾ ਝੱਜਾ ਝੂਲ ਦੇ ਝੰਡੇ ਕੌਮ ਸਾਡੀ ਦੇ। ਕਿਆ ਬਾਤ ਹੈ, ਕਿਆ ਬਾਤ ਹੈ ਯਾਰ, ਬਹੁਤ ਸੋਹਣੀ ਜੀ। ਯਈਆਂ ਯਸੀ ਲੋਕ ਫਾਡੀ ਜੇ ਯਾਰ, ਬੰਦਾ ਕਿੰਨੀ ਘੈਂਟ ਚੀਜ਼ ਲਿਖੀ ਨਾ, ਬਹੁਤ ਯਾਰ ਸੱਚੀ ਯਾਰ ਸਿਰਾ ਲੱਗਣ ਦਿਆ, ਤੇ ਸੁਣਨ 'ਚ ਇੱਕ ਸਵਾਦ ਜਿਹਾ ਆ ਰਿਹਾ ਬਾਈ ਦਾ। ਕਿੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਕੀਤੀਆਂ, ਚੱਚਾ ਛੱਛਾ ਜੱਜਾ ਝੱਜਾ, ਉਹਦਾ ਕਿੰਨੀਆਂ ਘੈਂਟ ਘੈਂਟ ਗੱਲਾਂ ਕੀਤੀਆਂ ਬਾਈ ਨੇ। ਟੂਲ ਦਾ ਨਾਮ ਆ ਸੀਜ਼ੀ ਬੀਜ਼ੀ ਖਾਲ ਦਾ ਵੈਰੀ ਵਿਦ ਮੈਂ ਉਜ਼ੀ ਡਰ ਤੂੰ ਵੀ ਮੈਥੋਂ ਜਾਗੀ ਆ ਡਰਦਾ ਡੱਡਾ ਟੈਲਾ ਵੈਰੀ ਟੈਲਾ ਵੈਰੀ ਨਾਲਾ ਕੋਈ ਮੂਰੇ ਖੜਦਾ ਤਾਲੀ ਬਣ ਜੋ ਹੋਡਿਆ ਮੇਰਾ ਠਾ ਠਾ ਪਏ ਨੇ ਵੈਲ ਕਸੂਤੇ ਦਾਊਦ ਵਾਂਗਰਾ ਹੁਕਮ ਰਕਾਨੇ ਧਾਰ ਛੜਾ ਦੇ ਵੈਰੀ ਮੂੰਹ ਤੇ ਨੰਨਾ ਨੇ ਬਰੂਦ ਜਹੇ ਪਾਵਰ ਚ ਤੇਰਾ ਵਾਜ਼ਰ ਰਹਿੰਦਾ ਫਾਦਰ ਜੋ ਇਨਾ ਦਾ ਹੁੰਦਾ ਬੋਲਾ ਚ ਬਰਬਾਦੀ ਦਿਸਦੀ ਭੇੜ ਗੋਟਾ ਮੂਰੇ ਨਾ ਟਿਕਦੀ ਮੰਮਾ ਮਾਰ ਮੈਨੂੰ ਕਦੇ ਮੌਤ ਨਾ ਸਕਦੀ ਯਮ ਦੂਤ ਮੈਂ ਯਮ ਰਾਜ ਵੀ ਰਾਗ ਬਣਾ ਦਾ ਛੁਕੇ ਹੱਥ ਨੀ ਲਾਲ ਬੰਡਾ ਨੇ ਡਾਕ ਦੀਵਾਨੇ ਵਾਰ ਕਾਨੇ ਕੈਂ ਜ਼ਮਾਨੇ ਰਾੜਾ ਰਾੜਾ ਰਾ ਕੇ ਰੱਖੇ ਜਗਾਨੇ। ਕੈਂਟ ਯਾਰ, ਕੈਂਟ ਬਹੁਤ ਕੈਂਟ। ਓ ਯਾਰ ਮੈਂ ਉਹ ਲਾਈ ਨਹੀਂ ਸਕਰੀਨ ਪਰ, ਬਹੁਤ ਸੋਹਣੀ ਚੀਜ਼ ਹੈ। ਯੋ ਵਾਜ਼ ਬਾਕੀ ਤੁਸੀਂ ਦੱਸੋ ਤੁਹਾਨੂੰ ਇਹ ਸੌਂਗ ਕਿੱਦਾਂ ਲੱਗਾ,
ਰਿਐਕਸ਼ਨ ਕਿੱਦਾਂ ਲੱਗਾ? ਵਧੀਆ ਲੱਗਾ ਤਾਂ ਵੀਡੀਓ ਲਾਈਕ, ਕਮੈਂਟ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ। ਮਿਲਦੇ ਜਲਦੀ ਨੈਕਸਟ ਵੀਡੀਓ 'ਚ। ਸਤਿ ਸ਼੍ਰੀ ਅਕਾਲ, ਬਾਏ।